ਹਾਂਜੀ ਦੋਸਤੋ ਕਬੱਡੀ ਦੀ ਹਰੇਕ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਆਪਣੇ ਚੈਨਲ ਕਬੱਡੀ 105 ਨੂੰ ਅਤੇ ਨਾਲ ਘੰਟੀ ਵਾਲੇ ਬਟਨ ਨੂੰ ਵੀ ਦਬਾਓ। ਹਾਂਜੀ ਦੋਸਤੋ ਆਪ ਸਭ ਦਾ ਸਵਾਗਤ ਹੈ ਆਪਦੇ ਆਪਣੇ ਚੈਨਲ ਕਬੱਡੀ 105 ਤੇ। ਕਰੋ ਨੋਟ ਅੱਜ ਹੋਣ ਵਾਲੇ ਕਬੱਡੀ ਕੱਪ। ਯਾਨੀ ਕਿ 8 ਨਵੰਬਰ 2020 ਨੂੰ ਕਿੱਥੇ ਕਿੱਥੇ ਕਬੱਡੀ ਕੱਪ ਹੋਣਗੇ ਤਾਂ ਕਰ ਲਓ ਨੋਟ ਅੱਜ ਦੇ ਕਬੱਡੀ ਕੱਪ। ਅੱਜ ਦਾ ਪਹਿਲਾ ਕਬੱਡੀ ਕੱਪ ਹੋਵੇਗਾ ਪੈਂਡ ਥੋਪੀਆ ਬਲਾਚੌਰ ਇੱਥੇ 38 ਕਿਲੋ ਦਾ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ ਹੋਵੇਗਾ 4100 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 3100 ਰੁਪਏ ਅੱਜ ਦਾ ਦੂਜਾ ਕਬੱਡੀ ਕੱਪ ਹੋਵੇਗਾ ਪਿੰਡ ਸੁਹਾਣਾ ਇੱਥੇ ਦੋਸਤੋ ਅੱਜ 75 ਕਿਲੋ ਅਤੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਕਬੱਡੀ 75 ਕਿਲੋ ਦਾ ਪਹਿਲਾ ਇਨਾਮ ਹੋਵੇਗਾ 12000 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 8000 ਰੁਪਏ ਅਤੇ ਬੈਸਟ ਰੇਡਰ ਤੇ ਜਾਫੀ ਨੂੰ 51-5100 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਨਾਲ ਹੀ ਇੱਥੇ ਕਬੱਡੀ ਓਪਨ ਦੇ ਮੈਚ ਕਰਵਾਏ ਜਾਣਗੇ ਅਤੇ ਕਬੱਡੀ ਓਪਨ ਦਾ ਪਹਿਲਾ ਇਨਾਮ 51000 ਰੁਪਏ ਅਤੇ ਦੂਸਰਾ ਇਨਾਮ 41000 ਰੁਪਏ ਦਿੱਤਾ ਜਾਵੇਗਾ ਅਤੇ ਬੈਸਟ ਰੇਡਰ ਤੇ ਜਾਫੀ ਨੂੰ 21-21000 ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ ਅਤੇ ਇਸ ਟੂਰਨਾਮੈਂਟ ਦਾ ਤੁਸੀਂ ਲਾਈਵ ਪੰਜਾਬੀ ਲਾਈਵ ਟੀਵੀ ਦੇ ਜ਼ਰੀਏ ਦੇਖ ਸਕਦੇ ਹੋ ਅੱਜ ਦਾ ਤੀਜਾ ਕਬੱਡੀ ਕੱਪ ਹੋਵੇਗਾ ਪਿੰਡ ਬਜੋਕੀ ਖੁਰਦ ਇੱਥੇ ਦੋਸਤੋ ਅੱਜ 65 ਕਿਲੋ ਦੇ ਮੈਚ ਕਰਵਾਏ ਜਾਣਗੇ ਜਿਸ ਦਾ ਪਹਿਲਾ ਇਨਾਮ 5100 ਰੁਪਏ ਅਤੇ ਦੂਸਰਾ ਇਨਾਮ 4100 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਜੂਸਰ ਦਿੱਤਾ ਜਾਵੇਗਾ ਅੱਜ ਦਾ ਚੌਥਾ ਕਬੱਡੀ ਕੱਪ ਹੋਵੇਗਾ ਪਿੰਡ ਮੱਲੇਵਾਲ ਨੇੜੇ ਪਿੰਡ ਕੋਟ ਗੁੰਗਰਾਏ ਮਾਸੀਵਾੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਵਿੱਚ ਅਤੇ ਇੱਥੇ ਕਬੱਡੀ 52 ਕਿਲੋ ਅਤੇ 45 ਕਿਲੋ ਦੇ ਮੈਚ ਕਰਵਾਏ ਜਾਣਗੇ ਅੱਜ ਦਾ ਪੰਜਵਾਂ ਕਬੱਡੀ ਕੱਪ ਹੋਵੇਗਾ ਪਿੰਡ ਜੈਤੋ ਜੋ ਕਿ ਕੋਟਪੂਰਾ ਰੋਡ ਨੇੜੇ ਸੱਪੜ ਜੈਤੋ ਵਿੱਚ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਅਤੇ ਇੱਥੇ ਕਬੱਡੀ 27 ਕਿਲੋ 32 ਕਿਲੋ 42 ਕਿਲੋ ਅਤੇ 50 ਕਿਲੋ ਦੇ ਮੈਚ ਕਰਵਾਏ ਜਾਣਗੇ ਅਤੇ ਇਨਾਮ ਐਂਟਰੀ ਅਨੁਸਾਰ ਦਿੱਤਾ ਜਾਵੇਗਾ ਅੱਜ ਦਾ ਪੰਜਵਾਂ ਕਬੱਡੀ ਕੱਪ ਹੋਵੇਗਾ ਪਿੰਡ ਝੰਡਾ ਕਲਾਂ ਮਾਨਸਾ ਵਿੱਚ ਅਤੇ ਇੱਥੇ ਆਜਾ ਆਲੋਪੰਦੀਆਂ ਸੇਕ ਲੱਬਾਂ ਦੇ ਮੈਚ ਕਰਵਾਏ ਜਾਣਗੇ ਅਤੇ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ ਹੋਵੇਗਾ 60000 ਰੁਪਏ ਅਤੇ ਦੂਸਰਾ ਇਨਾਮ ਹੋਵੇਗਾ 52000 ਰੁਪਏ ਅਤੇ ਬੈਸਟਰ ਨੂੰ 11-11000 ਰੁਪਏ ਹੋਣਗੇ ਅੱਜ ਦਾ ਅਗਲਾ ਕਬੱਡੀ ਕੱਪ ਹੋਵੇਗਾ ਦੋਸਤੋ ਪਿੰਡ ਖਾਸਾ ਅੰਮ੍ਰਿਤਸਰ ਇੱਥੇ ਬੈਸਟਰ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਅਤੇ ਇੱਥੇ ਇੱਕ ਵੱਡਾ ਕਬੱਡੀ ਕੱਪ ਕਰਵਾਇਆ ਜਾਵੇਗਾ ਅੱਜ ਅਤੇ ਇਸ ਦਾ ਲਾਈਵ ਤੁਸੀਂ ਕਬੱਡੀ ਜੈਕਸਨ ਦੇ ਜ਼ਰੀਏ ਦੇਖ ਸਕਦੇ ਹੋ ਇਸੇ ਦੋਸਤੋ ਅੱਜ ਹੋਣ ਵਾਲਾ ਕਬੱਡੀ ਕੱਪ ਅਤੇ ਇਸ ਤੋਂ ਇਲਾਵਾ ਜੇਕਰ ਕਿਤੇ ਵੀ ਕਬੱਡੀ ਕੱਪ ਹੋਵੇ ਤਾਂ ਵੀਡੀਓ ਥੱਲੇ ਕਮੈਂਟ ਕਰਕੇ ਆਪਾਂ ਨੂੰ ਜ਼ਰੂਰ ਦੱਸਣਾ